ਬਹੁਤ ਬਹਿਸ ਤੇ ਉਹਦੀ ਧਰਮ ਪਤਨੀ ਤੇ 100 ਕਰੋੜ ਦੇ ਘਟਾਲੇ ਦੇ ਦੋਸ਼ ਨੇ। ਅਸੀਂ ਇੱਕ ਹਫ਼ਤਾ ਪਹਿਲਾਂ ਪੀਸੀ ਕੀਤੀ ਸੀ ਕਿ ਸਿੱਟ ਬਣਾਤੀ ਤੁਸੀਂ ਅੱਖਾਂ ਦੇ ਵਿੱਚ ਮਿੱਟੀ ਪਾਉਣ ਲਈ, ਪਰ ਮੰਤਰੀ ਦੀ ਇਨਕੁਆਇਰੀ ਇੱਕ ਸਿੱਟ ਕਿਵੇਂ ਕਰ ਸਕਦੀ ਆ, ਉਹ ਅਫਸਰ ਕਿਵੇਂ ਕਰ ਸਕਦੇ ਨੇ ਜਿਹੜੇ ਸਲੂਟ ਮਾਰਦੇ ਹੋਣ। ਇਸ ਲਈ ਬੇਨਤੀ ਆ ਉਹਨੂੰ ਬਰਖਾਸਤ ਕਰੋ, ਨਹੀਂ ਇਹ ਪ੍ਰੋਟੈਸਟ ਪੰਜਾਬ ਦੇ ਚੱਪੇ ਚੱਪੇ ਤੱਕ ਲੈ ਕੇ ਜਾਵਾਂਗੇ। ਕੱਲੇ ਕੱਲੇ ਜ਼ਿਲ੍ਹੇ ਚ ਮੁੱਖ ਮੰਤਰੀ ਦਾ ਮੰਤਰੀ ਦਾ ਕਰਾਉ ਹੋਊਗਾ ਕੱਲੇ ਕੱਲੇ ਜ਼ਿਲ੍ਹੇ। ਭਗਵੰਤ ਮਾਨ ਮੁਰਦਾਬਾਦ। ਬਹੁਤ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾ ਕੇ ਆਏ ਸੀ, ਇਮਾਨਦਾਰ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੇ ਸੀਗੇ, ਅੱਜ ਇਹਨਾਂ ਦੇ ਮੰਤਰੀ ਤੇ 100 ਕਰੋੜ ਸਕੈਮ ਦੇ ਦੋਸ਼ ਲੱਗੇ ਆ। ਦੋਸ਼ ਕਿਸੇ ਪੋਲੀਟੀਕਲ ਬੰਦੇ ਨੇ ਨਹੀਂ ਲਾਏ, ਦੋਸ਼ ਲੱਗੇ ਨੇ ਇਹਨਾਂ ਦੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਜੋ ਇੰਸਪੈਕਟਰ ਸੀ ਜਿਹਨੇ FIR ਦਰਜ ਕਰੀ ਸੀਗੀ ਉਹਦੇ ਵੱਲੋਂ ਲਾਏ ਗਏ। DGP ਨੇ ਸਿੱਟ ਬਣਾਈ ਹੈ ਸਿਰਫ ਪੰਜਾਬ ਦੇ ਲੋਕਾਂ ਚ ਅੱਖਾਂ ਚ ਘੱਟਾ ਪਾਉਣ ਲਈ, ਪਰ ਇਹ ਨਹੀਂ ਚੱਲੇਗਾ। ਅਗਰ ਤੁਸੀਂ ਬਿਲਕੁਲ ਲੋਕਾਂ ਨੂੰ ਇਨਸਾਫ਼ ਦੇਣਾ ਹੈ, ਲੋਕਾਂ ਚ ਸੱਚਾਈ ਸਾਹਮਣੇ ਲੈ ਕੇ ਆਉਣੀ ਹੈ, ਸਿੱਟ ਬਣੀ ਹੈ ਉਹ ਤਾਂ ਵੈਲਕਮ ਕਰਦੇ ਹਾਂ, ਪਰ ਉਹ ਜਾਂਚ ਹੋਣ ਤੋਂ ਪਹਿਲਾਂ ਮੰਤਰੀ ਨੂੰ ਬਰਖਾਸਤ ਕਰੋ। ਉਹ ਜਿਹੜੀ ਉਹਦੀ ਘਰਵਾਲੀ IPS ਆਫਿਸਰ ਹੈ ਉਹਨੂੰ ਲੈਣ ਹਾਜ਼ਰ ਕਰਕੇ ਉੱਥੋਂ ਬਰਖਾਸਤ ਕਰਿਆ ਜਾਵੇ ਤਾਂ ਕਿ ਇੱਕ ਨਿਰਪੱਖ ਜਾਂਚ ਹੋ ਸਕੇ। ਪੰਜਾਬ ਦੀ ਬੌਲੀ ਅੰਨੀ ਸਰਕਾਰ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਕੀਤਾ ਪਿਆ। ਭਾਂਡਣੇ ਜਿਹੜੇ ਝੂਠ ਬੋਲ ਕੇ ਸਰਕਾਰ ਬਣਾਈ ਸੀ ਇੱਕ ਵਾਅਦੇ ਤੇ ਵੀ ਨਹੀਂ ਉਤਰੇ। ਇਹਨਾਂ ਦੇ ਆਪਣੇ ਵਰਕਰ ਜਿਹੜੇ ਦਰੀਆਂ ਵਿਛਾਉਂਦੇ ਸੀ ਉਹ ਟਿਕਟਾਂ ਦੀ ਰੋਂਦੇ ਫਿਰਦੇ ਨੇ, ਬਾਹਰ ਦੀਆਂ ਪਾਰਟੀਆਂ ਤੋਂ ਲਿਆ ਕੇ ਸਾਡੇ ਅਕਾਲੀ ਲੈ ਗਏ, ਕਾਂਗਰਸੀ ਲੈ ਗਏ, ਉਹਨਾਂ ਨੂੰ ਟਿਕਟਾਂ ਦਿੰਦੇ ਫਿਰਦੇ ਨੇ। ਮੁਲਾਜ਼ਮਾਂ ਦਾ ਬੁਰਾ ਹਾਲ, ਸੜਕਾਂ ਦਾ ਬੁਰਾ ਹਾਲ, ਕਿਸਾਨਾਂ ਦਾ ਬੁਰਾ ਹਾਲ, ਬਿਜਲੀ ਦਾ ਬੁਰਾ ਹਾਲ, ਮੈਨੂੰ ਕੋਈ ਵਰਗ ਤਾਂ ਦੱਸੋ ਖੁਸ਼ ਕੌਣ ਹੈ। ਸੋ ਇਹ ਭੰਡ ਦੀ ਸਰਕਾਰ ਹੈ, ਇਹ ਭੰਡ ਦੇ ਤੌਰ ਤੇ ਚਲਾ ਰਿਹਾ। ਹਮੇਸ਼ਾ ਇਹ ਬੇਰੁਜ਼ਗਾਰੀ ਦੇ ਖਿਲਾਫ਼ ਪ੍ਰੋਟੈਸਟ ਹੈ ਜੀ। ਨੌਜਵਾਨਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ, ਮੁਲਾਜ਼ਮਾਂ ਨੂੰ ਉਹਨਾਂ ਦੇ ਬੰਦੇ ਭੱਤੇ ਨਹੀਂ ਦਿੱਤੇ ਜਾ ਰਹੇ, ਤੇ ਪੰਜਾਬ 'ਚ ਜਗ੍ਹਾ ਜਗ੍ਹਾ ਥਾਂ ਥਾਂ ਨਸ਼ਾ ਵੇਖ ਰਿਹਾ। ਉਹਦੇ ਵਿਰੋਧ 'ਚ ਅੱਜ ਸਮੁੱਚਾ ਨੌਜਵਾਨ ਜਿਹੜਾ ਪੰਜਾਬ ਦਾ ਅੱਜ ਆਇਆ ਪ੍ਰੋਟੈਸਟ ਕਰਨ। ਅਸੀਂ ਤੇ ਚਾਹੁੰਦੇ ਸੀ ਮੁੱਖ ਮੰਤਰੀ ਸਾਹਿਬ ਮਿਲਦੇ, ਪਰ ਸਾਡੇ ਮਾਣਯੋਗ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਹੈ ਨਹੀਂ ਗਏ ਇੱਥੇ। ਅਸੀਂ ਚਾਹੁੰਦੇ ਸੀ ਉਹਨਾਂ ਨੂੰ ਮਿਲ ਕੇ ਪੰਜਾਬ ਦੇ ਮਸਲੇ ਦੱਸਦੇ, ਪਰ ਉਹ ਅੱਜ ਗੈਰ ਮੌਜੂਦ ਨੇ ਤੇ ਹਮੇਸ਼ਾ ਉਹ ਹੁੰਦਿਆਂ ਵੀ ਕੋਠੀ ਦੇ ਵਿੱਚ ਗੈਰ ਮੌਜੂਦ ਰਹਿੰਦੇ ਨੇ, ਕਿਉਂਕਿ ਉਹ ਤੁਹਾਨੂੰ ਪਤਾ ਹੀ ਹੈ ਜੋ ਉਹਨਾਂ ਦੇ ਹਾਲਾਤ ਹੈ। ਸਰਕਾਰ ਮਾਰੇ ਦਿਨਾਂ ਚੱਲ ਰਹੀ ਹੈ, ਇਹਨਾਂ ਦਾ ਇੱਕ ਮੰਤਰੀ ਵੇਖੋ ਕਰੋੜ ਰੁਪਏ ਦੇ ਸਕੈਂਡਲ ਚ ਫਸਿਆ, IAS ਅਫਸਰ ਸਕੈਂਡਲ ਚ ਫਸੀ ਹੈ, ਪਰ ਕੋਈ ਐਕਸ਼ਨ ਨਹੀਂ ਕਿਸੇ ਦੇ ਖਿਲਾਫ ਲਿਆ ਜਾ ਰਿਹਾ। ਅਸੀਂ ਇਹੋ ਹੀ ਕਹਿਣ ਆਏ ਹਾਂ ਕਿ ਜੋ ਵੀ ਗਲਤ ਕੰਮ ਕਰ ਰਿਹਾ ਉਹਦੇ ਖਿਲਾਫ ਇਹਨਾਂ ਐਕਸ਼ਨ ਲਓ। ਸਰਦਾਰ ਬਿਕਰਮ ਸਿੰਘ ਮਜੀਠੇ ਦਾ ਤਾਂ ਕੋਈ ਦੋਸ਼ ਨਹੀਂ ਹੈਗਾ, ਤੇ ਉਹਦੀ ਕਦੀ ਸਿੱਟ ਤੇ ਸਿੱਟ ਲਾਉਂਦੇ ਹੋ, ਕਦੀ ਤੁਸੀਂ ਉਹਦੀ ED ਨੂੰ ਦਿੰਦੇ ਹੋ, ਪਰ ਜਿਹੜੇ ਤੁਹਾਡੇ ਆਪਣੇ ਮੰਤਰੀ ਕਰ ਰਹੇ ਨੇ ਤੁਸੀਂ ਇਹਨਾਂ ਦੇ ਖਿਲਾਫ ਕੀ ਕਰ ਰਹੇ ਹੋ ਇਹਦਾ ਸਾਨੂੰ ਦੱਸੋ। ਜਦਕਿ ਤੁਸੀਂ ਉਹਨਾਂ ਨੂੰ ਬਿਨਾਂ ਮਤਲਬ ਪਰੇਸ਼ਾਨ ਕਰ ਰਹੇ ਹੋ। ਜਿਹੜੇ ਅਸਲ ਦੋਸ਼ੀ ਹੈ ਉਹਨਾਂ ਨੂੰ ਫੜੋ, ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਉਹਨਾਂ ਨੂੰ ਫੜੋ, ਜਿਹੜੇ ਨਸ਼ੇ ਵੇਚ ਰਹੇ ਉਹਨਾਂ ਨੂੰ ਫੜੋ। ਅਸੀਂ ਸਰਕਾਰ ਨੂੰ ਜਗਾਉਣ ਆਏ ਹਾਂ, ਜਿਹੜੀ ਸੁੱਤੀ ਪਈ ਸਰਕਾਰ ਹੈ।